ਸਤਿ ਸ਼੍ਰੀ ਅਕਾਲ ਜੀ, ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀਮਾ। ਕਹਿੰਦੇ ਆ ਕਿ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀ ਸਭ ਤੋਂ ਪਹਿਲੀ ਚੀਜ਼ ਜ਼ੁਬਾਨ ਹੀ ਹੈ। ਜ਼ੁਬਾਨ ਦਾ ਰਸ ਬਹੁਤ ਹੀ ਜ਼ਿਆਦਾ ਕੰਮ ਆਉਂਦਾ ਹੈ, ਤਾਂ ਕਈ ਵਾਰੀ ਤੁਸੀਂ ਆਪਣੀ ਮਿੱਠੀ ਜ਼ੁਬਾਨ ਨਾਲ ਬਹੁਤ ਖਰਾਬ ਰਿਸ਼ਤੇ ਵੀ ਸਹੀ ਕਰ ਲੈਂਦੇ ਹੋ ਅਤੇ ਆਪਣਾ ਕੰਮ ਵੀ ਕਢਾ ਲੈਂਦੇ। ਹਾਂ, ਠੀਕ ਹੈ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਦੀਆਂ ਨੇ, ਜਿੱਦਾਂ ਹੰਕਾਰ ਅਤੇ ਪੈਸਾ ਅਤੇ ਆਪਣੇ ਆਪ ਨੂੰ ਸਰਵਸ਼੍ਰੇਸ਼ਟ ਸਮਝਣਾ, ਹੈ ਨਾ। ਇਹ ਤਾਂ ਚਲੋ ਹੈ ਹੀ, ਪਰ ਪਹਿਲੇ ਤੌਰ 'ਤੇ ਜ਼ੁਬਾਨ ਹੀ ਹੈ। ਮਿਠਾਸ ਜ਼ੁਬਾਨ ਨਾਲ ਤੁਸੀਂ ਬਹੁਤ ਸਾਰੇ ਰਿਸ਼ਤੇ ਬਚਾ ਸਕਦੇ ਹੋ ਅਤੇ ਰਿਸ਼ਤਿਆਂ ਨਾਲ ਗ੍ਰਹਿਾਂ ਦਾ ਜੁੜੇ ਵੀ ਹੋਏ ਨੇ। ਇਸੇ ਅੱਜ ਦਾ ਸ਼ੁਭ ਵਿਚਾਰ, ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ ਅਤੇ ਪੰਚਾਂਗ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ ਅਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿੱਪ ਵੀ ਦੱਸਾਂਗੇ, ਠੀਕ ਹੈ। ਅੱਜ 1 ਮਾਰਚ 2024 ਦਿਨ ਹੈ, ਸ਼ੁੱਕਰਵਾਰ ਦਾ। ਮਾਰਚ ਮਹੀਨੇ ਦੀ ਸ਼ੁਰੂਆਤ ਹੋ ਗਈ ਜੀ, ਅਤੇ ਇਹ ਮਾਰਚ ਦਾ ਮਹੀਨਾ ਜੋ ਹੈ ਆਪ ਸਭ ਲਈ ਬਹੁਤ ਸ਼ੁਭ ਜਾਵੇ, ਇਹ ਵੀ ਦੁਆ ਦੇ ਦਿੰਦੇ ਹਾਂ। ਅਤੇ ਨਾਲ ਕ੍ਰਿਸ਼ਨ ਪੱਖ ਚੱਲ ਰਿਹਾ, ਤੁਸੀਂ ਜਾਣਦੇ ਹੋ ਹਨੇਰ ਪੱਖ ਚੱਲ ਰਿਹਾ, ਅਤੇ ਛਠੀ ਤਿਥੀ ਹੈ ਅੱਜ, ਅਤੇ ਸਵਾਤੀ ਨਕਸ਼ੱਤਰ ਰਹੇਗਾ, ਰਾਹੂ ਦਾ ਨਕਸ਼ੱਤਰ ਧਰੁੱਤ ਯੋਗ ਰਹੇਗਾ। ਸਿਤਾਰਿਆਂ ਦੇ ਮੁਤਾਬਕ, ਗ੍ਰਹਿਾਂ ਦੇ ਮੁਤਾਬਕ ਅੱਜ ਸ਼ੁੱਕਰਵਾਰ ਵਾਲੇ ਦਿਨ ਬੁੱਧ ਜੋ ਮਹਾਰਾਜ ਬੁੱਧ ਪੂਰਬ ਭਾਦਰਾਪਦ ਨਕਸ਼ੱਤਰ 'ਚ ਚਲੇ ਜਾਣਗੇ, ਅਤੇ ਜੋ ਸ਼ੁੱਕਰ ਹੈ ਉਹ ਧਨਿਸ਼ਠਾ ਨਕਸ਼ੱਤਰ 'ਚ ਜਾਣਗੇ। ਯਾਨੀ ਮਾਰਚ ਦੇ ਮਹੀਨੇ ਵਿੱਚ ਦੋ ਗ੍ਰਹਿ ਨਕਸ਼ੱਤਰ ਚੇਂਜ ਕਰਨਗੇ, ਰਾਸ਼ੀ ਪਰਿਵਰਤਨ ਨਹੀਂ ਕਰਨਗੇ। ਅਤੇ ਜੋ ਮਾਰਚ ਮਹੀਨੇ ਦੀ ਸ਼ੁਰੂਆਤ ਹੈ ਰਾਹੂ ਦੇ ਨਕਸ਼ੱਤਰ ਦੇ ਨਾਲ, ਚੰਦਰਮਾ ਤੁਲਾ ਰਾਸ਼ੀ ਵਿੱਚ, ਸ਼ੁੱਕਰ ਦੇ ਘਰ ਵਿੱਚ ਸ਼ੁੱਕਰਵਾਰ ਦਾ ਹੀ ਦਿਨ, ਕੀ ਪ੍ਰਭਾਵ ਪਵੇਗਾ ਤੁਹਾਡੀਆਂ 12 ਰਾਸ਼ੀਆਂ 'ਤੇ, ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ। ਅਤੇ ਨਾਲ ਹੀ ਅੱਜ ਸ਼ੁੱਕਰਵਾਰ ਵਾਲੇ ਦਿਨ ਦਾ ਜੋ ਰਾਹੂ ਕਾਲ ਦਾ ਟਾਈਮ ਹੈ ਉਹ ਰਹੇਗਾ 10:30 ਤੋਂ ਲੈ ਕੇ 12 ਵਜੇ ਤੱਕ, ਠੀਕ ਹੈ ਜੀ। ਇਸ ਟਾਈਮ 'ਤੇ ਜੋ ਆਪਾਂ ਜਾਣਦੇ ਹਾਂ ਕਿ ਸ਼ੁੱਭ ਕੰਮ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ ਵੀ ਕਿਵੇਂ ਵੀ ਚੱਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ। ਚਲੋ, ਮੁਬਾਰਕਾਂ ਉਹਨਾਂ ਨੂੰ ਜੀ ਜਿਨ੍ਹਾਂ ਦਾ ਅੱਜ ਦੇ ਦਿਨ ਜਨਮਦਿਨ, ਸ਼ਾਦੀ ਦੀ ਸਾਲਗਿਰਾ, ਸ਼ੁਭ ਦਿਨ ਹੈ ਤੁਹਾਡੇ ਲਈ, ਬਹੁਤ ਹੀ ਸ਼ੁਭ ਜਾਵੇ ਜੀ। ਮਾਰਚ ਦਾ ਮਹੀਨਾ ਚੜ੍ਹ ਗਿਆ ਹੈ ਤੁਹਾਡੇ, ਹੈ ਨਾ, ਤੀਸਰਾ ਜੋ ਸਾਲ ਦਾ ਤੀਸਰਾ ਮਹੀਨਾ ਹੋਇਆ, ਅਤੇ ਪਹਿਲਾ ਦਿਨ 1 ਨੰਬਰ ਮੰਗਲ ਦਾ ਮੰਨਿਆ ਜਾਂਦਾ, ਸੂਰਜ ਦਾ ਮੰਨਿਆ ਜਾਂਦਾ। ਤਾਂ ਬਹੁਤ ਹੀ ਵਧੀਆ ਇਨਸਾਨ ਹੁੰਦੇ ਆ ਜੋ 1 ਤਰੀਕ ਨੂੰ ਜਨਮ ਲੈਂਦੇ ਆ। ਨਾਲੋ ਨਾਲ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਨਿਊਮਰੋਲੋਜੀ ਮੁਤਾਬਕ ਵੀ ਦੱਸ ਦਿਆ ਕਰਾਂਗੇ, ਠੀਕ ਹੈ। ਅਤੇ ਚਲੋ, ਅੱਜ ਤੁਸੀਂ 1 ਨੰਬਰ ਅਤੇ ਨਾਲ ਤੁਹਾਡੇ ਦਿਨ ਦੇ ਹਿਸਾਬ ਦੇ ਨਾਲ ਚੰਦਰਮਾ ਤੁਲਾ ਰਾਸ਼ੀ ਵਿੱਚ ਚੱਲ ਰਹੇ ਨੇ, ਅਤੇ ਨਾਲ ਸਵਾਤੀ ਨਕਸ਼ੱਤਰ ਦੇ ਮੁਤਾਬਕ ਆਪਣੇ ਵੇਟ ਜਿੰਨਾ ਹਰਾ ਚਾਰਾ ਗਊਸ਼ਾਲਾ ਜ਼ਰੂਰ ਪਾ ਕੇ ਆਓ। ਅਤੇ ਜਿੱਦਾਂ ਆਪਾਂ ਤੁਹਾਨੂੰ ਹਮੇਸ਼ਾ ਕਹਿੰਦੇ ਹਾਂ, ਆਪਣੀ ਮਾਤਾ ਪਿਤਾ ਦਾ ਆਸ਼ੀਰਵਾਦ ਤਾਂ ਲੈਣਾ ਭੁੱਲਣਾ ਹੀ ਨਹੀਂ, ਠੀਕ ਹੈ ਜੀ। ਅਤੇ ਚਲੋ, ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਐਰੀਜ਼, ਯਾਨੀ ਮੇਸ਼ ਰਾਸ਼ੀ ਵਾਲਿਆਂ ਦਾ ਕਿਸ ਤਰ੍ਹਾਂ ਦਾ ਜਾਏਗਾ ਅੱਜ ਦਾ ਦਿਨ। 7ਵੇਂ ਸਥਾਨ ਵਿੱਚ ਚੰਦਰਮਾ ਬਿਲਕੁਲ ਸਾਹਮਣੇ, ਅਤੇ ਗੁਰੂ ਦੀ ਦ੍ਰਿਸ਼ਟੀ ਰਹੇਗੀ। ਗ੍ਰਹਿ ਮੁਤਾਬਕ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਇਨਡਾਇਰੈਕਟ ਵੇ ਨਾਲ ਬਣ ਰਿਹਾ, ਜੋ ਬਹੁਤ ਹੀ ਸ਼ੁਭ ਹੈ। ਵਿਆਹ ਸ਼ਾਦੀ ਲਈ ਵੀ ਚੰਗਾ ਹੈ, ਕੰਮਕਾਰ ਲਈ ਵੀ ਚੰਗਾ ਹੈ, ਧਨ ਲਈ ਵੀ ਚੰਗਾ ਹੈ, ਵਿਦੇਸ਼ ਤੋਂ ਪੈਸੇ ਲਈ ਵੀ ਚੰਗਾ ਹੈ। ਨਕਸ਼ੱਤਰ 'ਤੇ ਪਹਿਲਾਂ ਤੋਂ ਹੀ ਮਿੱਤਰ ਹੈ, ਸੋਚ ਅੱਛੀ ਬਣੀ ਰਹੇਗੀ, ਦਿਨ ਵਧੀਆ ਰਹੇਗਾ, ਪੂਰੀ ਤਰ੍ਹਾਂ ਨਾਲ ਸਕਾਰਾਤਮਕ ਸੋਚ ਨਾਲ ਕੀਤੇ ਗਏ ਤੁਹਾਡੇ ਕੰਮ ਤੁਹਾਨੂੰ ਸਫਲਤਾ ਦੇਣਗੇ, ਅਤੇ ਵਿਦਿਆਰਥੀਆਂ ਦਾ ਮਨ ਵੀ ਪੜ੍ਹਾਈ ਵਿੱਚ ਲੱਗੇਗਾ। ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਕੋਸ਼ਿਸ਼ ਕਰੋ ਥੋੜ੍ਹੇ ਹਲਕੇ ਰੰਗ ਪੈਣ। ਅਗਲੀ ਰਾਸ਼ੀ ਟੌਰਸ, ਯਾਨੀ ਬ੍ਰਿਖ ਰਾਸ਼ੀ ਵਾਲੀ। ਬ੍ਰਿਖ ਰਾਸ਼ੀ ਵਾਲਿਆਂ ਦੇ ਲਈ 6ਵੇਂ ਸਥਾਨ ਵਿੱਚ ਚੰਦਰਮਾ ਅਤੇ ਜੋ ਨਕਸ਼ੱਤਰ ਰਾਹੂ ਦਾ, ਉਹ ਮਿੱਤਰ ਹੀ ਹੈ। ਤਾਂ ਚੰਗਾ ਰਹੇਗਾ ਜੋ ਰਾਹੂ ਕਿਸੇ ਤਰ੍ਹਾਂ ਨਾਲ ਪਰਿਵਾਰ ਵਿੱਚ ਕੋਈ ਪਰੇਸ਼ਾਨੀ ਨਾ ਦੇਵੇ, ਜਾਂ ਤੁਹਾਡੇ ਮਨ ਦੀ ਸੋਚ ਨੂੰ ਸਹੀ ਰੱਖੇ, ਕਿਉਂਕਿ 6ਵੇਂ ਸਥਾਨ ਵਿੱਚ ਚੰਦਰਮਾ ਕਈ ਵਾਰੀ ਘਰੇਲੂ ਤੌਰ 'ਤੇ ਭਾਈ ਭੈਣ ਨਾਲ ਸੰਬੰਧ ਵਿਗਾੜ ਦਿੰਦਾ ਹੈ, ਜਾਂ ਨਾਨਕੇ ਦਾਦਕੇ ਪਰਿਵਾਰ ਵਿੱਚੋਂ ਕੋਈ ਨਾ ਕੋਈ ਇੱਦਾਂ ਦੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਜੋ ਮਨ ਨੂੰ ਥੋੜ੍ਹਾ ਡਿਸਟਰਬ ਕਰ ਜਾਂਦੀ ਹੈ। ਤਾਂ ਕੀ ਕਰਨਾ ਜੀ, ਤੁਸੀਂ 6ਵੇਂ ਚੰਦਰ ਦਾ ਸ਼ੁਭ ਫਲ ਲੈਣ ਦੇ ਲਈ 6 ਕੰਜਕਾਂ ਨੂੰ ਖਾਣਾ ਦੇ ਦਿਓ, ਅੱਛਾ ਰਹੇਗਾ।
ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲਿਆਂ ਦੇ ਸੋਚ ਸਥਾਨ ਵਿੱਚ ਚੰਦਰਮਾ, ਰਾਸ਼ੀ ਤੁਲਾ ਯਾਨੀ 7 ਨੰਬਰ ਦੀ ਰਾਸ਼ੀ ਵਿੱਚ ਜੋ ਕਿ ਮਿੱਤਰ ਹੀ ਹੈ ਬੁੱਧ ਦੀ ਤੇ ਰਾਹੂ ਦਾ ਨਕਸ਼ਤਰ ਵੀ ਨੁਕਸਾਨ ਨਹੀਂ ਕਰਨ ਵਾਲਾ ਜੋ ਕਿ ਤੁਹਾਡੇ 10ਵੇਂ ਸਥਾਨ ਵਿੱਚ ਚੱਲ ਰਹੇ। 10ਵਾਂ ਸਥਾਨ ਕਰਮ ਦਾ ਹੈ ਤਾਂ ਕਿਸੇ ਤਰ੍ਹਾਂ ਨਾਲ ਵੀ ਆਪਣੇ ਕਰਮ ਨੂੰ ਨਾ ਵਿਗਾੜੋ, ਕਿਸੇ ਨੂੰ ਅਪਸ਼ਬਦ ਨਾ ਬੋਲੋ। ਖਾਸ ਤੌਰ 'ਤੇ ਇਨਲੀਗਲ ਕੰਮ ਕਰਨਾ ਤੁਹਾਨੂੰ ਪਰੇਸ਼ਾਨੀ ਤੁਹਾਡੀਆਂ ਵਧਾ ਸਕਦਾ ਹੈ। ਕੋਈ ਕਿਸੇ ਦੀ ਕਿਸ਼ਤ ਦੇਣੀ ਹੈ, ਕੋਈ ਪੈਸੇ ਦਾ ਲੈਣ ਦੇਣ ਕਰਨਾ ਤਾਂ ਧਿਆਨ ਨਾਲ ਕਰਨ ਲੈਣਾ ਚਾਹੀਦਾ। ਕੋਈ ਨਾ ਕੋਈ ਸਰਕਾਰੀ ਚਿੱਠੀ ਨੋਟਿਸ ਵੀ ਮਿਲ ਸਕਦਾ ਹੈ ਤੁਹਾਨੂੰ, ਤਾਂ ਇਸ ਕਰਕੇ ਸਰਕਾਰੀ ਕੰਮਾਂ ਵੱਲ ਧਿਆਨ ਦਿਓ। ਫੈਸਲੇ ਤੁਹਾਡੇ ਹੱਕ ਵਿੱਚ ਹੀ ਹੋਣਗੇ। ਮਿਸ਼ਰੀ ਦਾ ਸੇਵਨ ਸਵੇਰ ਤੋਂ ਕਰਨਾ ਅਤੇ ਮਿਸ਼ਰੀ ਚੌਲ ਜਲ ਪ੍ਰਵਾਹ ਕਰਨਾ ਸ਼ੁਭ ਫਲ ਦੇਣਗੇ। ਕੈਂਸਰ ਯਾਨੀ ਕਰਕ ਰਾਸ਼ੀ ਵਾਲੇ, ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ, ਜੋ ਚੰਦਰ ਤੁਹਾਡੇ ਲਗਨ ਦਾ ਮਾਲਕ ਸ਼ੁੱਕਰ ਦੇ ਘਰ ਵਿੱਚ, ਮਿੱਤਰ ਦੇ ਘਰ 'ਚ ਨਹੀਂ ਹੈ, ਪਰ ਫਿਰ ਵੀ ਚੌਥੇ ਖਾਨੇ ਵਿੱਚ ਚੰਦਰ ਸ਼ੁਭ ਫਲ ਹੀ ਦਿੰਦਾ ਹੈ, ਪਰ ਰਾਹੂ ਦਾ ਨਕਸ਼ਤਰ ਵੀ ਮਿੱਤਰ ਨਾ ਹੋਣ ਕਰਕੇ ਬਦਨਾਮੀ ਤੋਂ ਬਚੋ, ਐਲੀਗੇਸ਼ਨ ਤੋਹਮਤ ਤੋਂ ਬਚੋ। ਅਤੇ ਨਾਲ ਹੀ ਅੱਜ ਕਰੀਮ ਜਾਂ ਤੁਸੀਂ ਲੈਮਨ ਕਲਰ ਪਹਿਨ ਸਕਦੇ ਹੋ, ਦੋਨੋਂ ਹੀ ਕਲਰ ਤੁਹਾਡੇ ਲਈ ਸ਼ੁਭ ਜਾਣਗੇ। ਪ੍ਰੋਪਰਟੀ ਬਣਾਉਣ ਲਈ, ਵੇਚਣ ਲਈ, ਖਰੀਦਣ ਲਈ ਸਿਤਾਰਿਆਂ ਦਾ ਪੂਰਾ ਪੂਰਾ ਸਾਥ ਮਿਲ ਜਾਏਗਾ। ਮਾਂ ਦੇ ਪੈਰੀ ਹੱਥ ਲਗਾ ਕੇ ਹਰ ਕੰਮ ਦੀ ਸ਼ੁਰੂਆਤ ਕਰੋ। ਲੀਓ ਯਾਨੀ ਸਿੰਘ ਰਾਸ਼ੀ ਵਾਲੇ, ਸਿੰਘ ਰਾਸ਼ੀ ਵਾਲਿਆਂ ਦੇ ਲਈ ਯਾਤਰਾ ਸਫਲਕਾਰੀ ਜਾਣ ਵਾਲੀ ਹੈ, ਛੋਟੀ ਹੋਵੇ ਵੱਡੀ ਹੋਵੇ। ਨਕਸ਼ਤਰ ਮਿੱਤਰ ਨਾ ਹੋਣ ਕਰਕੇ ਕਿਸੇ ਵੀ ਸਰਕਾਰੀ ਕੰਮ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਅਫਸਰਾਂ ਦੀ ਡਾਂਟ ਸਹਿਣੀ ਪੈ ਸਕਦੀ ਹੈ ਕਿਸੇ ਨਾ ਕਿਸੇ ਵਜ੍ਹਾ ਕਰਕੇ, ਇਸ ਕਰਕੇ ਆਪਣੇ ਕੰਮ ਨੂੰ ਸਮੇਂ ਸਿਰ ਨਿਬੇੜੋ। ਲੇਜ਼ੀਪਨ ਤੋਂ ਥੋੜ੍ਹਾ ਬਾਹਰ ਨਿਕਲੋ ਅਤੇ ਜੋ ਰਾਹੂ 8 ਹੈ ਉਹ ਕੋਈ ਬਦਨਾਮੀ ਜਾਂ ਪਰੇਸ਼ਾਨੀ ਨਾ ਕਰੇ। ਜਿਸ ਦਾ ਨਕਸ਼ਤਰ ਚੱਲ ਰਿਹਾ, ਪੈਰ ਗਿੱਟੇ 'ਤੇ ਸੱਟ ਤੋਂ ਬਚੋ, ਫਿਸਲ ਕੇ ਗਿਰਨ ਦਾ ਵੀ ਡਰ ਬਣਿਆ ਰਹਿ ਸਕਦਾ। ਤਾਂ ਹਰ ਤਰ੍ਹਾਂ ਨਾਲ ਥੋੜ੍ਹਾ ਧੀਰਜ ਨਾਲ ਚੱਲਣਾ ਅੱਜ ਤੁਹਾਡੇ ਲਈ ਸ਼ੁਭਕਾਰੀ ਰਹੇਗਾ। ਠੀਕ, ਅਤੇ ਨਾਲ ਹੀ ਕਲਰ ਦੀ ਗੱਲ ਕੀਤੀ ਜਾਵੇ ਤਾਂ ਜਾਮਨੀ ਰੰਗ ਤੁਸੀਂ ਪਾ ਸਕਦੇ ਹੋ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ, ਕੇਤੂ ਲਗਨ ਵਿੱਚ ਹੈ, ਆਪਾਂ ਜਾਣਦੇ ਹਾਂ ਚੰਦਰ ਅੱਜ ਧਨ ਸਥਾਨ ਵਿੱਚ ਪੈਸਾ ਦਏਗਾ, ਕੰਮਕਾਰ ਅੱਛਾ ਰਹੇਗਾ, ਮਨ ਖੁਸ਼ ਰਹੇਗਾ, ਪਰ ਮਾਂ ਨਾਲ ਅੱਜ ਬੈਸਬਾਜ਼ੀ ਕਰਨੀ ਨੁਕਸਾਨ ਕਰਾ ਸਕਦੀ ਆ। ਭਾਵੇਂ ਰਾਹੂ ਦਾ ਨਕਸ਼ਤਰ ਮਿੱਤਰ ਹੈ, ਪਰ 7ਵੇਂ ਸਥਾਨ ਵਿੱਚ ਰਾਹੂ ਕਈ ਵਾਰੀ ਘਰ ਵਿੱਚ ਘਰੇਲੂ ਪਰੇਸ਼ਾਨੀਆਂ, ਪਤਨੀ ਨਾਲ ਜਾਂ ਤੁਹਾਡੀ ਮਦਰ ਨਾਲ ਥੋੜ੍ਹੀ ਬੈਸਬਾਜ਼ੀ ਹੋਣਾ ਜਾਂ ਨੂੰਹ ਸੱਸ ਦੀ ਛੋਟੀ ਮੋਟੀ ਨੋਕ ਚੋਕ ਹੋਣਾ, ਇਹ ਘਰ ਵਿੱਚ ਆਮ ਗੱਲਾਂ ਨੇ। ਤੁਹਾਨੂੰ ਥੋੜ੍ਹਾ ਸਾਇਲੈਂਟ ਮੋਡ ਵਿੱਚ ਰਹਿਣਾ ਚਾਹੀਦਾ ਹੈ, ਮੱਥੇ 'ਤੇ ਦੁੱਧ ਸਵੇਰ ਤੋਂ ਲਾ ਲੈਣਾ ਚਾਹੀਦਾ ਹੈ ਤਾਂ ਕਿ ਸਿਤਾਰਿਆਂ ਦਾ ਸਾਥ ਤੁਹਾਨੂੰ ਪੂਰੀ ਤਰ੍ਹਾਂ ਨਾਲ ਮਿਲੇ ਅਤੇ ਦੁੱਧ ਦਾ ਪੈਕਟ ਵੀ ਤੁਸੀਂ ਮੰਦਰ ਅੱਜ ਰੱਖ ਸਕਦੇ ਹੋ। ਠੀਕ, ਅਗਲੀ ਰਾਸ਼ੀ ਲਿਬਰਾ ਯਾਨੀ ਤੁਲਾ ਰਾਸ਼ੀ ਵਾਲੇ, ਤੁਲਾ ਰਾਸ਼ੀ ਵਾਲਿਆਂ ਦੇ ਲਗਨ ਵਿੱਚ ਹੀ ਅੱਜ ਚੰਦਰਮਾ ਰਹੇਗਾ। ਰਾਹੂ ਦਾ ਨਕਸ਼ਤਰ ਠੀਕ ਠਾਕ ਹੈ, ਮਿੱਤਰ ਹੀ ਹੈ, ਤਾਂ ਕਹਿ ਸਕਦੇ ਹਾਂ ਆਪਾਂ ਕਿ ਜਿੱਦ ਕੇ ਅੜ ਕੇ ਕੋਈ ਕੰਮ ਨਾ ਕਰੋ। ਜਿੱਦਣ ਨਾਲ ਅੜਨ ਨਾਲ ਤੁਹਾਡੇ ਰਿਸ਼ਤੇ ਵੀ ਖਰਾਬ ਹੋਣਗੇ ਅਤੇ ਕੰਮਕਾਰ ਵੀ ਖਰਾਬ ਹੋ ਸਕਦਾ ਹੈ। ਦੋਸਤਾਂ ਮਿੱਤਰਾਂ ਨਾਲ ਅਗਰ ਕਿਤੇ ਜਾਣਾ ਹੈ ਤਾਂ ਪਰਿਵਾਰ ਦੀ ਸਲਾਹ ਨਾਲ ਜਾਣਾ ਸਹੀ ਰਹੇਗਾ। ਨਵੇਂ ਰਿਸ਼ਤੇ ਵਿੱਚ ਆ ਰਹੇ ਹੋ ਤਾਂ ਇਹ ਵੀ ਸੋਚ ਸਮਝ ਕੇ ਹੀ ਨਵੇਂ ਰਿਸ਼ਤੇ ਬਣਾਓ ਅਤੇ ਉਹਨਾਂ ਨੂੰ ਆਪਣੇ ਭੇਤ ਘੱਟ ਹੀ ਦਿਓ ਤਾਂ ਚੰਗਾ। ਟੈਂਪਰੇਰੀ ਤੌਰ 'ਤੇ ਬਣਿਆ ਹੋਇਆ ਮੰਗਲੀਕ ਯੋਗ ਨੁਕਸਾਨ ਕਰੇਗਾ। ਨਜ਼ਲਾ ਜ਼ੁਕਾਮ ਛਿੱਕਾਂ ਤੋਂ ਬਚਣ ਲਈ ਸ਼ਾਇਦ ਜੀਪ 'ਤੇ ਲਾ ਲਓ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਥੋੜ੍ਹੀ ਕਲਪਾਹਟ, ਥੋੜ੍ਹੀ ਮਾਨਸਿਕ ਟੈਨਸ਼ਨ ਅੱਜ ਬਣੀ ਰਹਿ ਸਕਦੀ ਆ। ਨਕਸ਼ਤਰ ਮਿੱਤਰ ਨਹੀਂ ਹੈ ਜੋ ਸੋਚ ਸਥਾਨ ਵਿੱਚ ਹੈ। ਵਿਦਿਆਰਥੀਆਂ ਨੂੰ ਵੀ ਪੜ੍ਹਾਈ ਵੱਲ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਹੈ। ਕਿਸੇ ਵੀ ਚੀਜ਼ ਨੂੰ ਹਲਕੇ ਵਿੱਚ ਨਾ ਲਓ, ਟਾਈਮ ਟੇਬਲ ਬਣਾ ਕੇ ਚੱਲੋ ਨਾ, ਤਾਂ ਕਿ ਜੋ ਤੁਹਾਡੇ 5ਵੇਂ ਸਥਾਨ ਵਿੱਚ ਰਾਹੂ ਹੈ ਸੋਚ ਸਥਾਨ ਵਿੱਚ ਹੈ, ਤਾਂ ਇਹ ਥੋੜ੍ਹਾ ਖਰਾਬ ਕਰੇਗਾ ਪੇਟ ਨੂੰ ਵੀ ਅਤੇ ਸੋਚ ਨੂੰ ਵੀ।
ਤਾਂ ਸੋਚ ਨੂੰ ਸਹੀ ਰਵੇ ਇਸਦੇ ਲਈ ਰਾਹੂ ਨੂੰ ਸ਼ਾਂਤ ਕਰਨ ਲਈ ਜੌਂ ਤੇ ਦੁੱਧ ਜਲ ਪ੍ਰਵਾਹ ਕਰ ਦਿਓ, ਅੱਛਾ ਰਹੇਗਾ। ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਇਨਕਮ ਸਥਾਨ ਵਿੱਚ ਬੈਠਾ ਹੋਇਆ ਚੰਦਰਮਾ ਬੇਸ਼ੱਕ ਇਨਕਮ ਦੇਵੇਗਾ। ਰਾਹੂ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਜੋ ਥੋੜ੍ਹੀ ਸਾਹ ਦੀ ਪ੍ਰੋਬਲਮ ਤੁਹਾਨੂੰ ਦੇ ਰਿਹਾ ਹੈ, ਤਾਂ ਇਸ ਕਰਕੇ ਖਾਣ ਪੀਣ ਵੱਲ ਧਿਆਨ ਦੇਣਾ ਜ਼ਰੂਰੀ ਹੈ। ਖਾਸ ਤੌਰ 'ਤੇ ਯਾਤਰਾ ਦੌਰਾਨ ਖਾਣ ਪੀਣ ਦਾ ਧਿਆਨ ਰੱਖੋ, ਪਰ ਮੰਗਲ ਸ਼ੁੱਕਰ ਦੂਸਰੇ ਸਥਾਨ ਵਿੱਚ ਧਨ, ਕੰਮ ਕਾਰ, ਬਿਜ਼ਨਸ, ਦੁਕਾਨਦਾਰੀ ਅੱਛੀ ਚੱਲੇਗੀ। ਅਤੇ ਜੋ 12ਵੇਂ ਖਾਨੇ ਦਾ ਮਾਲਕ ਉੱਚ ਦਾ ਮੰਗਲ ਲਗਨ ਵਿੱਚ ਬੈਠਾ ਹੈ, ਤਾਂ ਆਪਣਾ ਕੰਮ ਛੱਡ ਕੇ ਤੁਸੀਂ ਜੋ ਦੂਸਰੇ ਦਾ ਕਰ ਰਹੇ ਹੋ, ਚਲੋ ਦੂਸਰਿਆਂ ਦੇ ਕੰਮ ਆਉਣਾ ਚਾਹੀਦਾ, ਪਰ ਪਹਿਲ ਆਪਣੇ ਕੰਮਾਂ ਨੂੰ ਵੀ ਦਿਓ। ਨਹੀਂ ਤਾਂ ਕੰਮਾਂ ਕਾਰਾਂ ਦੀ ਦੇਰੀ ਜੋ ਹੈ, ਤੁਹਾਡੇ ਕੁਲੀਗ ਕੰਮ ਕਰਦੇ ਹੋ ਜਾਂ ਤੁਸੀਂ ਦੁਕਾਨਦਾਰੀ ਦਾ ਕੰਮ ਕਰਦੇ ਹੋ, ਤਾਂ ਇਹ ਥੋੜ੍ਹੀ ਪਰੇਸ਼ਾਨੀ ਤੁਹਾਡੀ ਵੱਧ ਸਕਦੀ। ਅਗਲੀ ਰਾਸ਼ੀ ਕੈਪਰੀਕੋਨ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ 10ਵੇਂ ਸਥਾਨ ਵਿੱਚ ਚੰਦਰਮਾ ਸ਼ੁਭ ਫਲ ਹੀ ਦਿੰਦਾ ਹੈ, ਕਿਉਂਕਿ ਗੁਰੂ ਦੀ ਦ੍ਰਿਸ਼ਟੀ ਹੈ ਉਸ ਉੱਤੇ। ਅਤੇ ਮਕਰ ਰਾਸ਼ੀ ਵਾਲਿਆਂ ਦੇ ਤਾਂ ਮੰਗਲ ਉੱਚ ਦਾ ਪਹਿਲਾਂ ਤੋਂ ਹੀ ਲਗਨ ਵਿੱਚ ਚੱਲ ਰਿਹਾ ਹੈ, ਜੋ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ। ਆਪਣੇ ਹੱਥਾਂ ਨਾਲ ਆਪਣੇ ਸੁੱਖਾਂ ਲਈ ਕੀਤੇ ਯਤਨ ਸਕਸੈਸ ਦੇਣਗੇ। ਬਿਜ਼ਨਸ, ਵਪਾਰ, ਕੰਮਕਾਰ ਠੀਕ ਠਾਕ ਚੱਲੇਗਾ। ਸਰਕਾਰੀ ਤੌਰ 'ਤੇ ਕਿਸੇ ਨਾ ਕਿਸੇ ਦੀ ਮਦਦ ਮਿਲ ਜਾਏਗੀ। ਰਾਹੂ ਦਾ ਨਕਸ਼ਤਰ ਮਿੱਤਰ ਹੈ। ਸਿਹਤ ਲਈ ਥੋੜ੍ਹਾ ਸਿਰ ਵਿੱਚ ਦਰਦ ਰਹੇਗਾ, ਮੈਡੀਟੇਸ਼ਨ ਜ਼ਰੂਰ ਕਰੋ। ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਜੋ 9ਵੇਂ ਸਥਾਨ ਵਿੱਚ ਚੰਦਰਮਾ ਅਤੇ ਨਾਲ ਰਾਹੂ ਦਾ ਨਕਸ਼ਤਰ ਮਿੱਤਰ ਹੀ ਹੈ, ਪਰ ਸੂਰਜ ਬੁੱਧ ਲਗਨ ਵਿੱਚ ਹੋਣ ਕਰਕੇ ਸਰਕਾਰੀ ਤੌਰ 'ਤੇ ਕੋਈ ਚੰਗੀ ਪੋਸਟ ਵੀ ਔਫਰ ਆ ਸਕਦੀ ਆ, ਅਤੇ ਜਾਂ ਤੁਸੀਂ ਬੜੇ ਸੱਚਾਈ ਪਸੰਦ ਹੋ ਕੇ ਆਪਣੇ ਸਟੈਂਡ ਲਈ ਖੜ੍ਹੇ ਹੋ, ਬਹੁਤ ਅੱਛਾ ਹੈ। ਪਰ ਨਜ਼ਰਾਂ ਦੇ ਚੱਕਰ ਤੋਂ ਜ਼ਰੂਰ ਬਚ ਕੇ ਰਹੋ, ਨਜ਼ਰਾਂ ਦੀ ਪਰੇਸ਼ਾਨੀ ਕਰਕੇ ਸਿਹਤ ਅਤੇ ਪਰਿਵਾਰਕ ਤੌਰ 'ਤੇ ਪਤਾ ਵੀ ਨਹੀਂ ਲੱਗਣਾ ਕਿ ਕੀ ਹੋ ਰਿਹਾ, ਪਰ ਜਿੱਦਾਂ ਮੈਡੀਸਨ ਨਹੀਂ ਲੱਗ ਰਹੀ, ਕੋਈ ਨਾ ਕੋਈ ਪਰੇਸ਼ਾਨੀ ਵਧੀ ਹੀ ਰਹਿ ਸਕਦੀ। ਹਰੇ ਰੰਗ ਤੋਂ ਅੱਜ ਤੁਸੀਂ ਪਰਹੇਜ਼ ਰੱਖਣਾ ਹੈ, ਅਤੇ ਨਾਲ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ, ਅਤੇ ਚੰਗਾ ਰਹੇਗਾ ਰਾਹੂ ਦੇ ਨਕਸ਼ਤਰ ਨੂੰ ਸ਼ਾਂਤ ਕਰਨ ਦੇ ਲਈ ਚਾਂਦੀ ਆਪਣੇ ਕੋਲ ਰੱਖੋ। ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਇੱਕ ਤਾਂ ਚੰਦਰਮਾ ਸ਼ੁੱਕਰ ਦੇ ਘਰ 'ਚ ਜੋ ਤੁਹਾਡਾ ਮਿੱਤਰ ਨਹੀਂ ਹੈ, ਅਤੇ ਦੂਸਰਾ ਰਾਹੂ ਦਾ ਨਕਸ਼ਤਰ ਮਿੱਤਰ ਨਹੀਂ ਹੈ, ਇੱਕ ਰਾਹੂ ਤੁਹਾਡੇ ਲਗਨ ਵਿੱਚ ਚੱਲ ਰਿਹਾ, ਅਤੇ ਤੀਜਾ ਚੰਦਰ ਤੁਹਾਡੀ ਸੋਚ, ਤੁਹਾਡੇ ਮਨ ਦਾ ਕਾਰਕ 8ਵੇਂ ਸਥਾਨ ਵਿੱਚ। ਲੱਗੇਗਾ ਕਿ ਚਾਰੇ ਪਾਸੇ ਤੋਂ ਥੋੜ੍ਹੀ ਬਲੋਕੇਜ ਹੀ ਹੋ ਗਈ ਹੈ, ਕਿਸੇ ਤਰ੍ਹਾਂ ਨਾਲ ਐਨਰਜੀ ਸ਼ੁਭ ਮਿਲ ਹੀ ਨਹੀਂ ਰਹੀ, ਜਾਂ ਕੋਈ ਸਾਨੂੰ ਰਸਤਾ ਹੀ ਨਹੀਂ ਮਿਲ ਰਿਹਾ। ਹੋ ਸਕਦਾ ਹੈ ਨਕਸ਼ਤਰ ਅਤੇ ਚੰਦਰ ਕਰਕੇ ਕੋਈ ਨਾ ਕੋਈ ਖਬਰ ਇੱਦਾਂ ਦੀ ਸੁਣਨ ਨੂੰ ਮਿਲੀ, ਜਿਸ ਕਰਕੇ ਅਸੀਂ ਬੇਚੈਨ ਪਰੇਸ਼ਾਨ ਹੋ ਗਏ ਕਿ ਬਸ ਇਸ ਦੇ ਨਾਲ ਹੀ ਆਹ ਚੀਜ਼ ਖਤਮ ਹੈ। ਇੱਦਾਂ ਨਹੀਂ ਹੁੰਦਾ, ਵਕਤ ਖਰਾਬ ਹੈ, ਕਿਸਮਤ ਖਰਾਬ ਨਹੀਂ ਹੈ, ਵਕਤ ਨੇ ਅੱਗੇ ਲੰਘ ਜਾਣਾ ਹੈ ਅਤੇ ਸਭ ਸਹੀ ਹੋ ਜਾਣਾ। ਥੋੜ੍ਹਾ ਵਕਤ ਆਪਣੇ ਆਪ ਨੂੰ ਦੇਣਾ ਚਾਹੀਦਾ ਹੈ, ਜਦੋਂ ਚਾਰੇ ਪਾਸਿਆਂ ਤੋਂ ਬਲੋਕੇਜ ਲੱਗੇ ਤਾਂ ਆਪਣੇ ਦਿਮਾਗ ਅਤੇ ਮਨ ਨੂੰ ਸ਼ਾਂਤ ਕਰਕੇ ਆਪਣੇ ਪਰਿਵਾਰ ਦੀ ਸਲਾਹ ਨਾਲ ਚੱਲਣਾ, ਅੱਜ ਉਹਨਾਂ ਦੇ ਨਾਲ ਬੈਠ ਕੇ ਖਾਣਾ ਖਾਣਾ, ਹਲਕਾ ਮਿਊਜ਼ਿਕ ਸੁਣਨਾ ਤੁਹਾਡੇ ਲਈ ਸ਼ੁਭਤਾ ਦੇਵੇਗਾ ਅਤੇ ਗ੍ਰਹਿਆਂ ਨੂੰ ਸ਼ਾਂਤ ਰੱਖੇਗਾ। ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿਆਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਨੇ, ਗ੍ਰਹਿ ਗੋਚਰ ਨਕਸ਼ਤਰ 'ਤੇ ਆਪਾਂ ਚਰਚਾ ਕੀਤੀ। ਕਈ ਵਾਰੀ ਅਸੀਂ ਘਰ ਵਿੱਚ ਕੁਝ ਚੀਜ਼ਾਂ ਐਵੇਂ ਹੀ ਰੱਖ ਛੱਡਦੇ ਹਾਂ, ਆਪਾਂ ਕਈ ਵਾਰੀ ਤੁਹਾਨੂੰ ਦੱਸਿਆ ਕਿ ਐਵੇਂ ਹੀ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ, ਜਿੱਦਾਂ ਕਿ ਬਲਬ ਉਤਾਰਿਆ, ਟਿਊਬਲਾਈਟ ਉਤਾਰੀ ਰੱਖ ਦਿੱਤੀ, ਭਾਵੇਂ ਕਿ ਪਤਾ ਹੀ ਉਹ ਕੰਮ ਨਹੀਂ ਆਉਣੀ, ਪਰ ਫਿਰ ਵੀ ਇੱਕ ਜਗ੍ਹਾ 'ਤੇ ਰੱਖ ਦਿੰਦੇ ਹਾਂ। ਜਿੱਦਾਂ ਦੀਵਾਲੀ ਦੇ ਦੀਵੇ ਵਰਤੇ ਅਤੇ ਫਿਰ ਉਸ ਵਰਤਿਆ ਹੋਇਆਂ ਨੂੰ ਰੱਖ ਲਿਆ, ਕਿਹੜਾ ਧੋ ਕੇ ਦੁਬਾਰਾ ਵਰਤਣੇ ਆ, ਚਲੋ ਕਿਤੇ ਕੰਮ ਆ ਜਾਣਗੇ। ਇੱਦਾਂ ਨਹੀਂ, ਜਲੀ ਹੋਈ ਮਿੱਟੀ ਹੁੰਦੀ ਹੈ ਦੀਵਾਲੀ ਦੇ ਦੀਵੇ, ਖਰਾਬ ਬਲਬ 'ਤੇ ਜੋ ਟਿਊਬਲਾਈਟ ਹੁੰਦੀਆਂ ਨੇ ਉਹ ਵੀ ਨੁਕਸਾਨ ਹੀ ਕਰਦੀਆਂ ਨੇ, ਕਿਉਂਕਿ ਉਹ ਰਾਹੂ ਦਾ ਕਾਰਕ ਮੰਨੀਆਂ ਜਾਂਦੀਆਂ। ਜਿਸ ਦਿਸ਼ਾ ਵਿੱਚ ਰੱਖੋਗੇ ਉਸ ਦਿਸ਼ਾ ਨੂੰ ਖਰਾਬ ਕਰ ਦੇਣਗੀਆਂ। ਇਸ ਕਰਕੇ ਵਾਧੂ ਚੀਜ਼ਾਂ ਜਿਨ੍ਹਾਂ ਦੀ ਦੁਬਾਰਾ ਯੂਜ਼ ਨਹੀਂ ਕਰ ਸਕਦੇ ਤੁਸੀਂ ਜਾਂ ਨਹੀਂ ਹੋ ਸਕਦੀਆਂ, ਤਾਂ ਉਹਨਾਂ ਨੂੰ ਐਵੇਂ ਹੀ ਲਾ ਕੇ ਕਿਸੇ ਵੀ ਦਿਸ਼ਾ ਵਿੱਚ ਨਾ ਰੱਖੋ, ਹਰ ਦਿਸ਼ਾ ਨੂੰ ਖਰਾਬ ਕਰ ਦਿਓ। ਠੀਕ ਹੈ ਜੀ, ਇਸੀ ਵਾਸਤੇ ਟਿਪ ਸਮਾਂ ਇਜਾਜ਼ਤ ਦਾ। ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁਭ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ ਅਤੇ ਮਿਲਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।